ਸਾਡਾ ਟੀ ਵੀ ਯੂ ਐੱਸ ਏ ਨਾਲ ਜੁੜੇ ਦਰਸ਼ਕਾਂ ਦਾ ਸਵਾਗਤ ਹੈ। ਤੁਹਾਡੇ ਲਈ ਇਸ ਵੇਲੇ ਦੀ ਵੱਡੀ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ। ਬਾਲੀਵੁੱਡ ਅਦਾਕਾਰ ਕੰਗਨਾ ਰਨੌਤ ਬਾਰੇ ਵੱਡੀ ਖਬਰ ਆ ਰਹੀ ਹੈ। ਵੱਡਾ ਝਟਕਾ ਕੰਗਨਾ ਰਨੌਤ ਨੂੰ ਦਿੱਤਾ ਗਿਆ। ਟਵਿੱਟਰ ਅਕਾਊਂਟ ਉਹਨਾਂ ਦਾ ਸਸਪੈਂਡ ਕਰ ਦਿੱਤਾ ਗਿਆ। ਵਿਵਾਦਾਂ 'ਚ ਰਹਿਣ ਵਾਲੀ ਅਦਾਕਾਰਾ ਕੰਗਨਾ ਰਨੌਤ ਦਾ ਟਵਿੱਟਰ ਅਕਾਊਂਟ ਟਵਿੱਟਰ ਵੱਲੋਂ ਸਸਪੈਂਡ ਕਰ ਦਿੱਤਾ ਗਿਆ। ਆਪਣੇ ਵਿਵਾਦਤ ਟਵੀਟਾਂ ਕਰਕੇ ਜਾਣੇ ਜਾਣ ਵਾਲੇ ਕੰਗਨਾ ਰਨੌਤ ਦਾ ਟਵਿੱਟਰ ਅਕਾਊਂਟ ਟਵਿੱਟਰ ਵੱਲੋਂ ਸਸਪੈਂਡ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਕੰਗਨਾ ਰਨੌਤ ਦਾ ਟਵਿੱਟਰ ਅਕਾਊਂਟ ਬੈਨ ਕਰਨ ਦੀ ਮੰਗ ਪਿਛਲੇ ਲੰਮੇ ਸਮੇਂ ਤੋਂ ਸੋਸ਼ਲ ਮੀਡੀਆ ਯੂਜ਼ਰਸ ਵੱਲੋਂ ਕੀਤੀ ਜਾ ਰਹੀ ਹੈ। ਕੰਗਨਾ ਅਕਸਰ ਹੀ ਵਿਵਾਦਤ ਟਵੀਟ ਕਰਦੀ ਰਹਿੰਦੀ ਹੈ। ਕਿਸਾਨ ਅੰਦੋਲਨ ਦੌਰਾਨ ਵੀ ਕੰਗਨਾ ਨੂੰ ਕਾਫੀ ਨਮੋਸ਼ੀ ਸਹਿਣੀ ਪਈ ਸੀ। ਕੰਗਨਾ ਇੰਨੇ ਦਿਨੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਲੈ ਕੇ ਕਈ ਟਵੀਟਸ ਕਰ ਚੁੱਕੀ ਹੈ। ਬੰਗਾਲੀਆਂ ਬਾਰੇ ਟਵੀਟ ਕਰਕੇ ਉਸ ਖਿਲਾਫ FIR ਵੀ ਦਰਜ ਹੋ ਚੁੱਕੀ ਹੈ। ਦੱਸ ਦਈ ਕਿ ਕੰਗਨਾ ਰਨੌਤ ਲਗਾਤਾਰ ਸੋਸ਼ਲ ਮੀਡੀਆ ਰਾਹੀਂ ਪ੍ਰਧਾਨ ਮੰਤਰੀ ਮੋਦੀ ਦਾ ਸਮਰਥਨ ਕਰਦੀ ਰਹਿੰਦੀ ਹੈ ਅਤੇ ਜੇਕਰ ਕੋਈ ਪ੍ਰਧਾਨ ਮੰਤਰੀ ਮੋਦੀ ਖਿਲਾਫ ਬੋਲਦਾ ਤਾਂ ਉਸ ਨਾਲ ਗਾਲੀ ਗਲੋਚ 'ਤੇ ਉੱਤਰ ਆਉਂਦੀ ਹੈ। ਇਸ ਦੌਰਾਨ ਸਮੇਂ ਦੀ ਵੱਡੀ ਖਬਰ, ਟਵਿੱਟਰ ਵੱਲੋਂ ਕੰਗਨਾ ਰਨੌਤ ਦਾ ਟਵਿੱਟਰ ਅਕਾਊਂਟ ਸਸਪੈਂਡ ਕਰ ਦਿੱਤਾ ਗਿਆ ਹੈ। ਇਸ ਖਬਰ ਬਾਰੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ। ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲੋ। ਜਲਦੀ ਮਿਲਾਂਗੇ ਨਵੀਂ ਖਬਰ ਦੇ ਨਾਲ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।